ਪੰਜਾਬੀ ਏਕਤਿਆਂ ਲੈ ਘਿਰੇ ਸਾਰੇ ਦਰਸ਼ਕਾਂ ਨੂੰ ਪੈਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ ਹੈ, ਸੰਗਰੂਰ ਜ਼ਿਮਨੀ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁੱਢਲੇ ਰੁਝਾਨਾਂ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿੱਚ ਫਸਵਾਂ ਮੁਕਾਬਲਾ ਹੈ। ਉੱਧਰ ਰੁਝਾਨਾਂ ਵਿੱਚ ਜਿੱਤ ਦੇ ਬਣ ਰਹੇ ਆਸਾਰ ਵੇਖ ਕੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਸੱਦ ਲਈ ਹੈ। ਮਾਨ ਦੇ ਸਮਰਥਕ ਵੀ ਦਾਅਵਾ ਕਰ ਰਹੇ ਹਨ ਕਿ ਉਹਨਾਂ ਦੀ ਜਿੱਤ ਤੈਅ ਹੈ ਤੇ ਮਾਨ ਵੱਡੇ ਫਰਕ ਨਾਲ ਅੱਗੇ ਹਨ। ਇਸ ਕਾਰਨ ਰੁਝਾਨ ਇੱਕ ਪਾਸੇ ਹੁੰਦੇ ਨਜ਼ਰ ਆ ਰਹੇ ਹਨ। ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤਕਰੀਬਨ 4000 ਵੋਟਾਂ ਨਾਲ ਅੱਗੇ ਸਨ ਅਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਲਗਾਤਾਰ ਪਛੜਦੇ ਨਜ਼ਰ ਆਏ ਹਨ। ਹਾਲਾਂਕਿ ਇਹ ਫਰਕ ਲਗਾਤਾਰ ਘਟਦਾ ਵੱਧਦਾ ਰਿਹਾ ਹੈ। ਕੁਝ ਸਮੇਂ ਥੱਲੇ ਆਉਣ ਤੋਂ ਬਾਅਦ ਮਾਨ ਦੇ ਹੱਕ ਵਿੱਚ ਭੁਗਤੀਆਂ ਵੋਟਾਂ ਨੇ ਫਿਰ ਰਫ਼ਤਾਰ ਫੜੀ ਹੈ, ਜਦੋਂ ਕਿ ਬਾਕੀ ਧਿਰਾਂ ਮੁਕਾਬਲੇ ਤੋਂ ਕਾਫ਼ੀ ਦੂਰ ਹਨ। ਮੁੱਢਲੇ ਰੁਝਾਨਾਂ ਅਕਾਲੀ ਦਲ ਬਾਦਲ ਲਈ ਸਭ ਤੋਂ ਵੱਧ ਨਮੋਸ਼ੀ ਵਾਲੇ ਹਨ। ਇੱਥੋਂ ਤੱਕ ਕਿ ਬਾਦਲ ਧੜਾ ਭਾਜਪਾ ਨਾਲੋਂ ਵੀ ਕਾਫ਼ੀ ਪਛੜ ਗਿਆ ਹੈ। ਫਿਲਹਾਲ ਸਿਮਰਨਜੀਤ ਸਿੰਘ ਮਾਨ ਅੱਗੇ ਹਨ, ਹਾਲਾਂਕਿ ਗੁਰਮੇਲ ਸਿੰਘ ਵੀ ਸਖ਼ਤ ਟੱਕਰ ਦੇ ਰਹੇ ਹਨ। ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਦਾ ਬਣਾ ਕੇ ਚੋਣ ਲੜਨ ਦੀ ਰਣਨੀਤੀ ਸਫਲ ਹੁੰਦੀ ਨਹੀਂ ਜਾਪ ਰਹੀ। ਰੁਝਾਨਾਂ ਵਿੱਚ ਅਕਾਲੀ ਦਲ ਬਾਦਲ ਭਾਜਪਾ ਤੋਂ ਵੀ ਪਛੜ ਗਿਆ ਹੈ। ਸੋ ਇਸ ਹੁੰਦਾ ਕਿ ਵੱਡੀ ਖ਼ਬਰ, ਹੋਰ ਖ਼ਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ।